ਬੱਸ ਸਟੈਂਡ ਦੇ ਵਾਸ਼ਰੂਮ ਦੇ ਵਿੱਚ ਇੱਕ ਜੋੜਾ ਇੱਕ 7 ਦਿਨਾਂ ਦੇ ਨਵਜੰਮੇ ਬੱਚੇ ਨੂੰ ਛੱਡ ਕੇ ਚਲਿਆ ਗਿਆ ਸੀ। ਦੱਸਦੀਏ ਕਿ ਇਸ ਬੱਚੇ ਦੀ ਤਸਵੀਰ ਸਾਹਮਣੇ ਆਈ ਸੀ, ਪਰ ਹੁਣ ਜਿਹੜਾ ਜੋੜਾ ਇਸ ਬੱਚੇ ਨੂੰ ਵਾਸ਼ਰੂਮ ਦੇ ਵਿੱਚ ਛੱਡ ਕੇ ਗਿਆ ਏ, ਉਸ ਦੀਆਂ CCTV ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਜਦੋਂ ਬੱਸ ਦੇ ਵਿੱਚੋਂ ਇਹ ਲੜਕਾ ਲੜਕੀ ਉਤਰਦੇ ਨੇ ਤਾਂ ਲੜਕੀ ਦੇ ਗੋਦ ਦੇ ਵਿੱਚ ਇੱਕ ਬੱਚਾ ਚੁੱਕਿਆ ਹੋਇਆ ਏ। ਤਾਂ ਇਹ ਔਰਤ ਜਿਹੜੀ ਤੁਹਾਨੂੰ ਦਿਖ ਰਹੀ ਹੈ, ਇਸ ਨੇ ਗੋਦ ਦੇ ਵਿੱਚ ਬੱਚਾ ਚੁੱਕਿਆ ਹੋਇਆ, ਪਰ ਕੁਝ ਦੇਰ ਬਾਅਦ ਜਦੋਂ ਇਹ ਇੱਥੋਂ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਬੱਚਾ ਨਹੀਂ ਹੁੰਦਾ। ਤਾਂ ਇਸ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਏ ਕਿ ਇਹਨਾਂ ਨੇ ਇਹ ਬੱਚਾ ਜਿਹੜਾ ਏ ਇੱਥੇ ਵਾਸ਼ਰੂਮ ਦੇ ਵਿੱਚ ਛੱਡਿਆ ਏ। ਮੌਕੇ 'ਤੇ ਮੌਜੂਦ ਲੋਕਾਂ ਦਾ ਵੀ ਕਹਿਣਾ ਸੀ ਕਿ ਲੜਕਾ ਜਿਹੜਾ ਏ ਉਹ ਵਾਸ਼ਰੂਮ ਦੇ ਵਿੱਚ ਬੱਚਾ ਛੱਡ ਕੇ ਫਰਾਰ ਹੋਇਆ, ਲੜਕੀ ਵੀ ਉਸ ਦੇ ਨਾਲ ਹੀ ਫਰਾਰ ਹੋਈ ਹੈ। ਚੰਡੀਗੜ੍ਹ ਦੇ ਸੈਕਟਰ 43 ਦੀ ਇਹ ਘਟਨਾ ਏ, ਜਿੱਥੋਂ ਦੇ ਬੱਸ ਸਟੈਂਡ ਦੇ ਵਾਸ਼ਰੂਮ ਦੇ ਵਿੱਚ ਇੱਕ 7 ਦਿਨਾਂ ਦਾ ਮਾਸੂਮ ਬੱਚਾ ਮਿਲਿਆ ਸੀ। ਅਤੇ ਸਫਾਈ ਕਰਮਚਾਰੀ ਜਦੋਂ ਸਫਾਈ ਕਰ ਰਹੇ ਸਨ ਤਾਂ ਵਾਸ਼ਰੂਮ ਦੇ ਵਿੱਚ ਉਹਨਾਂ ਨੂੰ ਕੱਪੜੇ ਦੇ ਵਿੱਚ ਲਿਪਟਿਆ ਹੋਇਆ ਇੱਕ ਬੱਚਾ ਮਿਲਿਆ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਫਰਾਰ ਜੋੜੇ ਦੀ ਭਾਲ ਕਰ ਰਹੀ ਹੈ, ਪਰ ਇਸੇ ਦੌਰਾਨ ਇਸ ਦੀ CCTV ਤਸਵੀਰ ਵੀ ਸਾਹਮਣੇ ਆ ਗਈ ਹੈ, ਜਿਸ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਏ ਕਿ ਬੱਸ ਦੇ ਵਿੱਚੋਂ ਇੱਕ ਲੜਕਾ ਲੜਕੀ ਉਤਰਦੇ ਨੇ, ਲੜਕੀ ਦੇ ਗੋਦ ਦੇ ਵਿੱਚ ਇੱਕ ਬੱਚਾ ਚੁੱਕਿਆ ਹੁੰਦਾ ਏ, ਬੱਚਾ ਲਿਪਟਿਆ ਹੋਇਆ ਸੀ ਕੱਪੜੇ ਦੇ ਵਿੱਚ, ਜਿਸ ਤੋਂ ਬਾਅਦ ਚਸ਼ਮਦੀਦਾਂ ਨੇ ਦੱਸਿਆ ਕਿ ਲੜਕਾ ਲੜਕੀ ਇਸ ਬੱਚੇ ਨੂੰ ਰੱਖ ਕੇ ਭੱਜੇ ਨੇ। CCTV ਫੁਟੇਜ ਦੇ ਵਿੱਚ ਲੜਕਾ ਅਤੇ ਲੜਕੀ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਏ। ਦੱਸਿਆ ਇਹ ਜਾ ਰਿਹਾ ਹੈ ਕਿ ਲੜਕੇ ਨੇ ਲੇਡੀਜ਼ ਵਾਸ਼ਰੂਮ ਦੇ ਵਿੱਚ ਇਸ ਬੱਚੇ ਨੂੰ ਛੱਡ ਦਿੱਤਾ ਅਤੇ ਬਾਥਰੂਮ ਦੇ ਦਰਵਾਜ਼ੇ ਨੂੰ ਅੰਦਰ ਤੋਂ ਬੰਦ ਕਰਕੇ ਦੀਵਾਰ ਦੇ ਉੱਪਰ ਤੋਂ ਉਹ ਖੁਦ ਬਾਹਰ ਆ ਗਿਆ। ਤਾਂ ਇਸ ਬੱਚੇ ਨੂੰ ਇਹਨਾਂ ਨੇ ਇਸ ਵਾਸ਼ਰੂਮ ਦੇ ਵਿੱਚ ਛੱਡ ਦਿੱਤਾ, ਜਿਸ ਤੋਂ ਬਾਅਦ ਲੜਕੀ ਪਹਿਲਾਂ ਹੀ ਉਸਦਾ ਇੰਤਜ਼ਾਰ ਕਰ ਰਹੀ ਸੀ ਅਤੇ ਦੋਵੇਂ ਇੱਥੋਂ ਫਰਾਰ ਹੋ ਜਾਂਦੇ ਨੇ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਮੌਕੇ 'ਤੇ ਪਹੁੰਚੀ, ਜਾਂਚ ਕੀਤੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਆਖਿਰਕਾਰ ਇਸ ਕਲਯੁਗੀ ਜੋੜੇ ਨੇ ਇਸ ਛੋਟੀ ਮਾਸੂਮ ਬੱਚੀ ਨੂੰ ਇੱਥੇ ਕਿਉਂ ਛੱਡਿਆ, ਕੀ ਕਾਰਨ ਸੀ ਅਜਿਹਾ, ਕਿਉਂ ਵਾਸ਼ਰੂਮ ਦੇ ਵਿੱਚ ਛੱਡ ਕੇ ਇਸ ਨੰਨੀ ਜਾਨ ਨੂੰ ਇਹ ਫਰਾਰ ਹੋ ਗਏ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ CCTV ਦੇ ਵਿੱਚ ਉਹਨਾਂ ਦੀ ਇਹ ਕਰਤੂਤ ਕੈਦ ਹੋ ਜਾਵੇਗੀ। ਤਾਂ ਛੋਟੇ ਮਾਸੂਮ ਬੱਚੇ ਨੂੰ ਇਹ ਔਰਤ ਅਤੇ ਮਰਦ ਛੱਡ ਕੇ ਫਰਾਰ ਹੋਏ ਨੇ ਬੱਸ ਸਟੈਂਡ ਦੇ ਉੱਤੇ। ਦੱਸਦੀਏ ਕਿ ਸੈਕਟਰ 43 ਦਾ ਬੱਸ ਅੱਡਾ, ਜਿੱਥੋਂ ਦੇ ਵਾਸ਼ਰੂਮ ਦੇ ਵਿੱਚ ਇਸ ਬੱਚੀ ਨੂੰ ਛੱਡ ਕੇ ਫਰਾਰ ਹੋਏ ਨੇ। ਸਿਰਫ 7 ਦਿਨਾਂ ਦਾ ਇਹ ਨਵਜੰਮਿਆ ਬੱਚਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਰੱਖਿਆ ਗਿਆ ਏ, ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਰੱਖਿਆ ਗਿਆ ਏ। ਤਾਂ ਇਸ ਲੜਕਾ ਲੜਕੀ ਨੂੰ ਹੁਣ ਪੁਲਿਸ ਭਾਲ ਕਰ ਰਹੀ ਹੈ, ਦੇਖਣਾ ਹੋਏਗਾ ਕਦੋਂ ਤੱਕ ਪੁਲਿਸ ਇਹਨਾਂ ਤੱਕ ਪਹੁੰਚ ਪਾਉਂਦੀ ਆ, ਪਰ ਇਹ CCTV ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ।